ਹੋਲੀ ਖੇਡਣ ਜਾਣਾ ਰਸਤਾ ਛੋੜ ਦਿਓ ਛੱਡਤਾ ਜੀ ਛੱਡ ਬੰਦਾ ਭੱਜ ਗਿਆ ਮੰਮੀ ਜਾਂਦੀ ਪੱਟੀ ਚੰਤੋ ਦਾ ਬਾਪੂ ਕੀ ਕਰੇ ਕਿੱਥੇ ਜਾਂਦਾ ਸੋਹਣਾ ਨਾ ਜਾਂਦਾ ਤੈਨ ਤੇਰੇ ਨਾਵੇ ਪੁਣਾਕਣਾ ਨਾ ਆ ਖੁੰਡੇ ਆਉਂਦੇ ਤੇਰੇ ਵੇਖ ਕਿਵੇਂ ਵੱਜਦੀ ਆ ਕਹਿੰਦੇ ਘਰ ਵਿੱਚ ਹੋਇਆ ਹਮਲਾ ਓ ਵਾਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਮਿੱਤਰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਹਰਮਨ ਖੋਸਾ ਵਿੱਚ ਕਰਨ ਲੱਗੇ ਨਵੇਂ ਵਲੌਗ ਦੀ ਸ਼ੁਰੂਆਤ ਤੇ ਅੱਜ ਆ ਗਈ ਮਿੱਤਰੋ ਹੋਲੀ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਕੱਲ ਨੂੰ ਹੈਗਾ ਜੀ ਹੋਲਾ ਮਹੱਲਾ ਹੋਲੀ ਤੇ ਆਪਾਂ ਕੁਛ ਤੇ ਹੁਣ ਆਪਾਂ ਜਾ ਕੇ ਰੰਗ ਲੈ ਕੇ ਆਵਾਂਗੇ ਰੰਗ ਰੁੰਗ ਲਿਆ ਕੇ ਪਿਚਕਾਰੀਆਂ ਲਿਆ ਕੇ ਬੇਬੇ ਮੰਮੀ ਬਾਪੂ ਡੈਡੀ ਸਾਰਿਆਂ ਦੇ ਲਾ ਦੇਣਾ ਤੇ ਤੁਹਾਨੂੰ ਦਿਖਾਉਣੇ ਪੂਰਾ ਇੰਜੋਏ ਕਰਨਾ ਆਪਾਂ ਤੇ ਉਹਨਾਂ ਦੇ ਰਿਐਕਸ਼ਨ ਦੇਖਾਂਗੇ ਕੀ ਆ ਤੇ ਚਲੋ ਪਹਿਲਾਂ ਆਪਾਂ ਰੰਗ ਲੈ ਕੇ ਆਉਣੇ ਆ ਤੇ ਫਿਰ ਆਪਾਂ ਮਨਾਉਣੇ ਹੋਲੀ ਆ ਜਾਓ ਪਿੰਡ ਦੀ ਹੱਟੀ ਤੋਂ ਲੈ ਕੇ ਆਵਾਂਗੇ ਆਪਾਂ ਅੱਜ ਰੰਗਾ ਰੰਗ ਪ੍ਰੋਗਰਾਮ ਹੀ ਚੱਲੂ ਅੱਜ ਲਓ ਰੰਗ ਲੈਣ ਤਾਂ ਹੁਣ ਆਪਾਂ ਆਪਣੇ ਬੰਦੇ ਲੱਭਣੇ ਆ ਜਿਨ੍ਹਾਂ ਦੇ ਲਾਉਣਾ ਕਿ ਕਿੱਥੇ ਬੈਠੇ ਆ ਬੇਬੇ ਦੇ ਮੰਮੀ ਚਲੋ ਮੇਰੇ ਸ਼ੇਰ ਵਗਿਓ ਤੁਸੀਂ ਸਿਰਾ ਕਰਾਉਣਾ ਲਓ ਵੀ ਰੰਗਾਂ ਦੇ ਦਰਸ਼ਨ ਕਰ ਲਓ ਆਹ ਪੈਕਟ ਜੀ ਆਪਾਂ ਇੰਨੇ ਕੁ ਰੰਗ ਲੈਣ ਤੇ ਬਹੁਤ ਹੋਣਗੇ ਕਿਹੜੇ ਰੰਗ ਨਾਲ ਲਾਈਏ ਆਹ ਰੰਗ ਜ਼ਿਆਦਾ ਚੜੂ ਇੱਕ ਆ ਤੇ ਆਹ ਦੋਵੇਂ ਨਾ ਮਲਦੇ ਚਲੋ ਉਹ ਬੇਬੇ ਦੇ ਮੰਮੀ ਬੈਠੇ ਹੋਏ ਆ ਸਬਜ਼ੀ ਚੀਰੀ ਜਾਂਦੇ ਤੇ ਆਪਾਂ ਜਾ ਕੇ ਕੁਦਮ ਹੌਲਾ ਹੀ ਕਰਨ ਪਤਾ ਹੀ ਨਹੀਂ ਲੱਗਣ ਦੇਣਾ ਆ ਜਾਓ ਫਿਰ ਚੱਲੀਏ ਤੇ ਮਨਾਈਏ ਹੋਲੀ ਤੇ ਫੋਨ ਆਪਾਂ ਆਪਣੇ ਕੈਮਰਾਮੈਨ ਨੂੰ ਫੜਾ ਦਾਂਗੇ ਉਹੀ ਸਾਰੀ ਵੀਡੀਓ ਬਣਾਉਂਗੇ ਚਲੋ ਹੋਰ ਨਾ ਬੇਬੇ ਉੱਧਰ ਡੰਡਾ ਚੱਕਲੇ ਦੇ ਚਲੋ ਜੋ ਕਹੇ ਚਲਾਓ ਚੱਲੀਏ ਲਓ ਵੀ ਸੱਜਣੋ ਆਹ ਤਿੰਨ ਰੰਗ ਲੈ ਚੱਲੇ ਤੇ ਚੱਲੀਏ ਫਿਰ ਬੋਲੀਏ ਹਮਲਾ ਆ ਜਾਓ ਸਤਿ ਸ਼੍ਰੀ ਅਕਾਲ ਜੀ ਹੋਰ ਭੈਣ ਜੀ ਕੀ ਹਾਲ ਚਾਲ ਠੀਕ ਠਾਕ ਹੋ ਅਸੀਂ ਜੀ ਆਏ ਖੋਸਾ ਲਾਲ ਸਿੰਘ ਤੋਂ ਬੇਬੇ ਤੁਹਾਡੇ ਸਾਰਿਆਂ ਵਾਸਤੇ ਅੱਜ ਮੈਂ ਗਿਫਟ ਲੈ ਕੇ ਆਇਆ ਚੰਗਾ ਕਿਹੜਾ ਗਿਫਟ ਲੈ ਕੇ ਆਇਆ ਅੱਜ ਪਤਾ ਕੀ ਆ ਅੱਜ ਹੈਗੀ ਹੋਲੀ ਹੋਲੀ ਵਾਲੇ ਦਿਨ ਬੇਬੇ ਲਾਈਦਾ ਰੰਗ ਇੱਧਰ ਵੇਖੋ ਘਰਦਿਆਂ ਦੇ ਨਹੀਂ ਲਾਈਦਾ ਰੰਗ ਰੰਗਾ ਰੰਗ ਪ੍ਰੋਗਰਾਮ ਕਰਨਾ ਅੱਜ ਆਪਾਂ ਕਰਨਾ ਤੂੰ ਰੰਗਾ ਰੰਗ ਪ੍ਰੋਗਰਾਮ ਛਿੱਤਰ ਵੀ ਖਾਏਗਾ ਜੇ ਸਾਡੇ ਪਾਇਆ ਰੰਗ ਤੂੰ ਪਾ ਕੇ ਵੇਖੀ ਤੂੰ ਫਿਰ ਪੈਣੀਆਂ ਵੀ ਤੇਰੀਆਂ ਇੰਨੀਆਂ ਕਿ ਸਾਹ ਮਾਰ ਕੇ ਇੱਕ ਵੀ ਨਹੀਂ ਗਿਣਨੀ ਜੇ ਰੰਗ ਲਾਇਆ ਤਾਂ ਸਾਡੇ ਮੈਂ ਇੱਕ ਵਾਰੀ ਵੀ ਕਿਹਾ ਰੰਗ ਲਾਉਣਾ ਮੈਂ ਬੇਬੇ ਮੁਸਕਰਾ ਰਹੀ ਆ ਬੇਬੇ ਤੈਨੂੰ ਕਿਹੜਾ ਰੰਗ ਪਸੰਦ ਆ ਕਿਹੜਾ ਲਾਵਾਂ ਤੇਰੇ ਤੈਨੂੰ ਇਹ ਬੇਬੇ ਇਹ ਜਿਹੜਾ ਤਿਉਹਾਰ ਇਹ ਸਾਰੇ ਜਾਣੇ ਮਨਾ ਸਕਦੇ ਆ ਅੱਛਾ ਮਨਾ ਫਿਰ ਇਹ ਤੈਨੂੰ ਢਾ ਲਿਆ ਨਾ ਜਦੋਂ ਤੇ ਸਾਰਾ ਤੇਰੇ ਸਿਰ ਚ ਹੀ ਆਉਣਾ ਇਹ ਵੇਖ ਲਈ ਨਾਲੇ ਤੇ ਨਾਲੇ ਖੁੰਡੀਆਂ ਆਉਣਗੀਆਂ ਉਹਦੇ ਮੌਕੇ ਤੇ ਪਤਾ ਲੱਗਣਾ ਓਕੇ ਘੇਰ ਲੈਣਾ ਫੜ ਕੇ ਅਸੀਂ ਢਾ ਲੈਣਾ ਕੈਮਰਾਮੈਨ ਜੀ ਤੁਸੀਂ ਕਰਨ ਦੀ ਫੜ ਲਓ ਇੱਧਰ ਬੇਬੇ ਦੋਵੇਂ ਰੰਗ ਸੋਹਣੇ ਉਹ ਆ ਤੇ ਇੱਕੋ ਹੀ ਹੋ ਗਿਆ ਲਾਉਣਾ ਖੁੰਡੀ ਆਉਂਦੀ ਤੇਰੇ ਵੇਖ ਕਿਵੇਂ ਵੱਜਦੀ ਆ ਸਾਰੇ ਨੂੰ
ਚੰਗਾ ਗੁੱਲਾ ਜਵਾਕ ਬੇਬੇ ਆ ਰੰਗ ਨੀ ਲੱਗਾ ਤੇ ਫੜਾ ਦੇ ਲਿਫਾਫਾ ਕੋਈ ਮਾੜਾ ਮੋਟਾ ਤਾਂ ਫੜਾ ਦੇ ਬਸ ਪੈ ਗਿਆ ਮੂੰਹ ਚ ਫੜ ਮਜ਼ਾ ਆਊਗਾ ਪਾਲਾ ਫੜਾ ਜਾਉ ਬਸ ਟਿੱਕਾ ਲਾ ਬੈਠੋ ਫੜ ਲੈ ਲਿਫਾਫਾ ਤੂੰ ਵੀ ਇੱਕ ਤੂੰ ਕੋ ਖੜੀ ਵੇ ਨਹੀਂ ਆ ਜਾ ਲੋ ਲਿਫਾਫਾ ਹੋਰ ਲੈ ਦੋ ਫੜ ਲਾ ਉਹਨੇ ਲਿਆ ਤੇਰੇ ਘਾਟ ਲੱਗ ਹਾਏ ਮੇਰੇ ਨਾਲ ਆਈ ਯਾਰ ਓਲੀ ਐ ਤੂੰ ਤੇਰੇ ਹੀ ਲਾਹਾ ਤੂੰ ਤੇਰੇ ਮੂੰਹ ਤੇ ਮਮਾ ਤੁਹਾਡਾ ਸੂਟ ਉਵੇਂ ਦਾ ਉਵੇਂ ਪਿਆ ਵੇਖਿਆ ਹੱਸੀ ਜਾਂਦੇ ਨਾ ਹੁਣ ਗੱਲਾਂ ਬਾਤਾਂ ਕਰੀਆਂ ਪਹਿਲਾਂ ਗੁੱਸਾ ਮਾੜਾ ਜਿਹਾ ਕਰਦੇ ਆ ਇਹ ਤੇ ਕਰਨੇ ਇਹਨਾਂ ਦਾ ਫਰਜ਼ ਆ ਘਰ ਦੇ ਇਦਾਂ ਹੀ ਕਰਦੇ ਹੁੰਦੇ ਸਾਰਾ ਹੀ ਲਿਬੜਿਆ ਤੇ ਬੜਿਆ ਸਾਨੂੰ ਤਾਂ ਬੇਕੀ ਬਣਾ ਕੇ ਹਾਏ ਲੈ ਉਧਰ ਵੇਲਾ ਉਹਦੇ ਚ ਦੀਂਦਾ ਆਪਾਂ ਦਾ ਨੇ ਸਾਫ ਹੀ ਆ ਕਿਤੇ ਕਿੱਥੇ ਆਪਾਂ ਸਾਫ ਆ ਬੇਬੇ ਹਾਂ ਮੇਰੀ ਤਾਂ ਫੋਟੋ ਖਿੱਚ ਕੇ ਬਾਹਰ ਕਰ ਦੇ ਕੈਨੇਡਾ ਚ ਫਿਰ ਅਗਲਾ ਆਖੂਗਾ ਹੁਣ ਤਾਂ ਬਾਹਲੀ ਸੋਹਣੀ ਬਾਰਡਰ ਕਰੀਮ ਲਾਇਆ ਬੇਬੇ ਗੱਲ ਸੁਣ ਸੁਣਾ ਹੋਲੀ ਹੁੰਦੀ ਸ਼ਹਿਰਾਂ ਵਾਲੇ ਮਾੜਾ ਜਿਹਾ ਇੱਦਾਂ ਇਹ ਤਰ੍ਹਾਂ ਦੇ ਇੱਧਰ ਲਾਉਣਗੇ ਤੇ ਪਿੰਡਾਂ ਵਾਲੇ ਜੋ ਗੋਹਾ ਦੱਸ ਗਿਆ ਉਹ ਹੀ ਚਲੋ ਪਾਣੀ ਦਾ ਘੋਲ ਕੇ ਰੱਖ ਦਿੰਦੇ ਗੋਹੇ ਦੀਆਂ ਉੱਤੇ ਪਾਉਣ ਨੂੰ ਲੋਕਾਂ ਦੇ ਇਹ ਨਹੀਂ ਕਿ ਆਪਾਂ ਮਾੜਾ ਕਹਿੰਦੇ ਪਏ ਆ ਪਰ ਕਈ ਕਰਦੇ ਇਦਾਂ ਗਾਰਾ ਗੁਰਾ ਲੈ ਪਹਿਲਾਂ ਹੀ ਐਂ ਕਰ ਦਿੰਦੇ ਗਾਰਾ ਬਾਲਟੀਆਂ ਭਰ ਲੈਣੀਆਂ ਗੋਹੇ ਦੀਆਂ ਘੋਲ ਕੇ ਜਿਹੜਾ ਲੰਘਣਾ ਉਹਦੇ ਉੱਤੇ ਮਾਰ ਦੇਣੀ ਬਾਲਟੀ ਖੁਸ਼ੀ ਬਹੁਤ ਹੀ ਜ਼ਿਆਦਾ ਹੋਈ ਪਹਿਲਾਂ ਤੇ ਲੜੀ ਜਾਂਦੇ ਕੋਈ ਨਹੀਂ ਸੀ ਲੜਦੇ ਅਸੀਂ ਆਖਿਆ ਤੂੰ ਨਿਆਣਾ ਵੀ ਸਾਡੇ ਤੇ ਹੋਲੀ ਖੇਡਣੀ ਸਾਡੇ ਨਾਲ ਹੋਲੀ ਖੇਡਣ ਜਾਣਾ ਰਸਤਾ ਛੋੜ ਦਿਓ ਛੱਡਤਾ ਜੀ ਛੱਡਤਾ ਬੇਬੇ ਮਾਸੀ ਦੇ ਲਾਇਆ ਗਿਫਟ ਲੈ ਕੇ ਆਇਆ ਤੁਹਾਡੇ ਆਲੋ ਖਾਓ ਖਾਣਾ ਕਿਉਂ ਦੇ ਤਾਂ ਦੇ ਖਾਣ ਲਿਆਓ ਲਾਏ ਮਾਸੇ ਓ ਵਾਓ ਬਹੁਤ ਬਹੁਤ ਸੋਹਣੇ ਲੱਗ ਰਹੇ ਕੀ ਲੱਗ ਰਹੇ ਹੈ ਬਿਊਟੀਫੁਲ ਬਿਊਟੀਫੁਲ ਲੱਗ ਰਹੇ ਹੈ ਭੱਜਣ ਲੱਗਾ ਜੀ ਹਾਂਜੀ ਡੈਡ ਡੈਡ ਜੀ ਹਾਂਜੀ ਦੱਸੋ ਲਾ ਦੀਏ ਰੰਗ ਤੁਹਾਡੇ ਵੀ ਥੋੜਾ ਲਾ ਦੇ ਇਹਦੇ ਮਾਈ ਵਾਂਗੂ ਕੱਲਾ ਬਾਵਾਂ ਦੇ ਲਵਾ ਲਿਆ
ਤੁਸੀਂ ਕੱਲ ਵੀ ਠੱਪੇ ਅੱਜ ਫੇਰ ਠੱਪੇ ਗਏ ਅੱਜ ਤਾਂ ਬਾਹਲੀ ਮਾੜੀ ਕੀਤੀ ਅੱਜ ਬਾਅਦ ਜਰਾ ਝੱਕ ਕਰ ਕੋਕ ਵੀ ਪਈ ਤੋਤੇ ਦਾ ਪਜਾਮਾ ਲਾ ਕੇ ਠੱਪਣਾ ਕਹਿੰਦੇ ਘਰ ਵਿਚ ਹੋਇਆ ਹਮਲਾ ਓ ਵਾਹ ਘਰ ਵਿਚ ਹੀ ਹਮਲਾ ਕਰਤਾ ਐਮਰਜੈਂਸੀ ਲੱਗ ਚੁੱਕੀ ਆ ਪੂਰੀ ਪੂਰੀ ਬੰਦਾ ਭੱਜ ਗਿਆ ਫੜ ਲੋ ਚੈਲੇਂਜ ਆਪਾਂ ਕਰਦੇ ਦੋ ਦਿਨ ਹੋਲੀ ਮਨਾਈ ਇੱਕ ਦਿਨ ਹੋਲੀ ਮਨਾਈ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਬੇਬੇ ਖਰਾਬ ਕਰਕੇ ਰੱਖ ਦਿੱਤਾ ਤੂੰ ਤਾਂ ਲਾਹ ਕੇ ਰੱਖ ਦਿੱਤੇ ਪੂਰਾ ਇੰਜੋਏ ਕੀਤਾ ਦੋ ਦਿਨ ਪੂਰਾ ਇੰਜੋਏ ਕੀਤਾ ਤੂੰ ਮੰਮੀ ਪਰਨੇ ਵੇਖਿਆ ਤੂੰ ਕਰਦਾ ਹੀ ਰਹਿੰਦਾ ਇੰਜੋਏ ਸਾਡੀ ਕੋਈ ਪਰਸਨਲ ਗੱਲ ਸੀ ਉਹ ਮੈਂ ਸਾਰਿਆਂ ਨਾਲ ਸ਼ੇਅਰ ਕੀਤੀ ਆ ਕੀ ਕਹਿਣਾ ਚਾਹੁੰਦੇ ਬੇਬੇ ਅੱਜ ਅਸੀਂ ਬਹੁਤ ਸਾਰੀ ਸ਼ੋਪਿੰਗ ਕਰਕੇ ਦਿਖਾਵਾਂ ਤੈਨੂੰ ਸਮਾਨ ਤੇ ਫਿਰ ਮੈਂ ਸਮਾਨ ਦਾ ਕੀ ਵੇਖਣਾ ਤੁਸੀਂ ਵੇਖ ਲਿਆ ਤਾਂ ਲੈ ਜਾਂਦਾ ਸੋਹਣਾ ਸਮਾਨ ਆ ਬਾਥਰੂਮ ਦਾ ਲੈ ਕੇ ਆਂਦਾ ਨਵਾਂ ਟੂਟੀਆਂ ਟਾਟੀਆਂ ਏਡੂ ਉਹ ਅੱਗੇ ਵੀ ਲਿਆਉਣੀਆਂ ਸੀ ਪਤਾ ਸੀ ਕਿ ਲਿਆਉਣੀਆਂ ਉਹ ਪਹਿਲਾਂ ਮਹਿੰਗੀਆਂ ਲਿਆਂਤੀਆਂ ਉਹ ਜੈਗਵਾਰ ਦੀਆਂ ਲੈ ਕੇ ਆਂਤੀਆਂ ਆਪੇ ਚੱਲਿਆ ਕਰਨਗੀਆਂ ਆਟੋਮੈਟਿਕ ਆ ਆਟੋਮੈਟਿਕ ਟੂਟੀ ਨੂੰ ਬੋਲਣਾ ਆਪੇ ਬੰਦ ਹੋ ਜਾ ਕਰਨਗੀਆਂ ਫਿਰ ਚੱਲ ਪਿਆ ਕਰਨ ਟੂਟੀ ਨੂੰ ਬੋਲਿਆ ਕਰਨਾ ਆਨ ਆਨ ਤੇ ਉਹ ਚੱਲ ਪਿਆ ਕਰੂਗੀ ਹਾਂ ਜਦੋਂ ਬੋਲਿਆ ਆਫ ਉਹ ਬੰਦ ਹੋ ਜਾ ਕਰੂਗੀ ਹਾਂ ਚੱਲ ਮੈਂ ਕੱਢ ਕੇ ਦਿਖਾਉਣਾ ਤੈਨੂੰ ਸਮਾਨ ਓਕੇ ਓਕੇ ਬਾਏ ਆ ਚੱਕੋ ਚੋਲਾ ਆ ਬਣਾ ਕੇ ਦਿੱਤਾ ਸੀ ਗੱਗੂ ਹੋਣਾ ਨੇ ਪੰਜਾਬ ਪੰਜਾਬ ਯਾ ਵਾਹ ਜੀ ਲਓ ਯਾ ਸਮਾਨ ਕੱਢੀਏ ਬਾਹਰ ਟੂਟੀਆਂ ਤੇ ਸ਼ੰਕ ਲਿਆਉਣਾ ਤੇ ਕਰੀਮਾਂ ਕੀ ਕਰਨੀਆਂ ਸੀ ਕਰੀਮਾਂ ਬੇਬੇ ਫਿਰ ਰੱਖਣੀਆਂ ਨਾ ਉੱਥੇ ਲੋਸ਼ਨ ਲੂਸ਼ਨ ਲਾ ਕੇ ਨਿਕਲਿਆ ਕਰਨਾ ਬਾਹਰ ਚਮ ਚਮਕ ਕੇ ਨਿਵਿਆ ਚੱਲਿਆ ਕਰੂ ਵਾਓ ਬੇਬੇ ਵੇਖ ਲੈ ਜੈਗਵਾਰ ਤੇ ਆ ਸਾਰਾ ਸਮਾਨ ਇੰਨੇ ਕਿਤੇ ਇਹਨੂੰ ਤਾਂ ਕੋਈ ਫਰਕ ਨਹੀਂ ਉਹ ਕਵੇ ਆ ਵਧੀਆ ਇਹ ਕਵੇ ਵਧੀਆ ਵਿਖਾਓ ਵਧੀਆ ਵਿਖਾਓ ਬੇਬੇ 20,000 ਲਾ ਆਂ ਤਾਂ ਇੰਨੇ ਕਿਤੇ ਤੇ ਪੁੱਤ ਸਮਾਨ ਬਹੁਤ ਮਹਿੰਗਾ ਲਿਆਂਦਾ ਤੇ ਫਿਰ 20,000 ਹੀ ਲੱਗਣਾ ਸੀ ਅਰੇ ਚੱਕ ਕੇ ਕਿੰਨੀ ਮਹਿੰਗੀ ਟੂਟੀ ਤੇ ਕੀ ਆ ਪਤਾ ਨਹੀਂ ਕੀ ਸ਼ਾਵਰ ਸ਼ੂਵਰ ਲੈ ਕੀ ਲੈ ਕੇ ਆਇਆ ਸ਼ਾਵਰ ਬੇਬੇ ਦੋ ਸ਼ਾਵਰ ਲੈ ਕੇ ਆਂਤੇ ਆ ਇੱਕ ਤੇ ਜਿਹੜਾ ਉੱਪਰ ਲੱਗਣਾ ਇੱਕ ਜਿਹੜਾ ਹੱਥ ਨਾਲ ਫੜ ਕੇ ਨਹਾਇਆ ਕਰਨਾ ਉਹ ਆਟੋਮੈਟ ਕੇ ਨਹਾਇਆ ਕਰੂ ਉਵੇਂ ਤਾਂ ਨਹੀਂ ਨਹਾਉਂਦਾ ਇਹ ਜਿੱਦੋਂ ਚਲਾ ਗਿਆ ਚੰਡੀਗੜ੍ਹ ਤੇ ਉਦੋਂ ਕੀ ਨਹਾਇਆ ਕਰਨਾ ਉਦੋਂ ਆਪਾਂ ਨਹਾ ਲਿਆ ਕਰਾਂਗੇ ਚੱਲ ਰੋਜ਼ ਹੀ ਨਹਾਉਣਾ ਮੈਂ ਬੇਬੇ ਆਟ ਕੱਪੜੇ ਟੰਗਣ ਨੂੰ ਦੋ ਸ਼ਾਵਰ ਲੱਗਣੇ ਆ ਬੇਬੇ ਵਾਲੇ ਘੈਂਟ ਸ਼ਾਵਰ ਦਾ ਕੀ ਕਰਨਾ ਨਹਾਉਣਾ ਤਾਂ ਤੂੰ ਇੱਕ ਨਾ ਨਹੀਂਗਾ ਦੋ ਦੋ ਤਿੰਨ ਤਿੰਨ ਚੱਕ ਲਿਆ ਉਦੋਂ ਕਹਿੰਦਾ ਆ ਵੀ ਟੂਟੀ ਦੋ ਆ ਵੀ ਟੂਟੀ ਦੋ ਬੇਬੇ ਆ ਸ਼ਾਵਰ ਚੈੱਕ ਕਰ ਵਾ ਖੋਲਿਓ ਇਹ ਜਿਹੜਾ ਸ਼ਾਵਰ ਉਹ ਆ ਜਿਹੜਾ ਹੱਥ ਨਾਲ ਫੜ ਕੇ ਨਹਾਇਆ ਕਰਨਾ ਇਦਾਂ ਫੜ ਕੇ ਇਦਾਂ ਇਦਾਂ ਕਰਕੇ ਤੂੰ ਵੀ ਨਾਲ ਪਰ ਮੈਂ ਨਹਾਇਆ ਕਰਨ ਚਪੇੜ ਮਾਰਨੀ ਮੇਰੇ ਦੇ ਨਾਲ ਤੂੰ
ਸੋਹਣਾ ਨਾ ਲਿਆਂਦੇ ਤਿੰਨ ਤਿੰਨ ਨਾਵੇ ਭੁਲਾਕਣਾ ਨਾ ਯਾਰ ਮਾਮਾ ਸੱਚ ਨਾ ਬੋਲਿਆ ਕਰੋ ਤੁਸੀਂ ਬੇਬੇ ਟੂਟੀ ਆਏ ਆਹ ਦਿਖਾਓ ਘਰਾਂ ਦੀ ਬੇਬੇ ਆਹ ਜਿਹੜਾ ਸ਼ੀਸ਼ਾ ਨਾ ਇਹ ਸਾਈਡ ਤੇ ਰੱਖਣ ਨੂੰ ਸ਼ੈਂਪੂ ਸ਼ੂੰਪੂ ਆਪਦੇ ਸਾਬਣ ਸੁਬਣ ਸਾਰੇ ਇੱਥੇ ਰੱਖਿਆ ਕਰਨੇ ਤੂੰ ਉਤਰਾ ਨਾ ਲੈ ਤੇਰੀ ਬੜੀ ਮਿਹਰਬਾਨੀ ਸ਼ੈਂਪੂ ਸ਼ੂਪੂ ਲਾਉਣ ਨੂੰ ਰਹਿਣੀ ਜੇ ਤੂੰ ਕਹਿਣਾ ਕੀ ਚਾਹੁੰਦੇ ਤੁਸੀਂ ਫਾਇਦੇ ਚ ਕੀ ਆ ਇਹ ਵੀ ਬੇਬੇ ਸ਼ਾਵਰ ਆ ਇਹ ਵੀ ਸ਼ਾਵਰ ਹੀ ਨਹਾਉਣ ਵਾਲਾ ਹੀ ਆ ਇਹ ਦੂਸਰਾ ਸ਼ਾਵਰ ਆ ਵੱਡਾ ਜਿਹੜਾ ਪੱਕਾ ਫੈਟ ਹੋ ਜਾ ਉਹ ਹੱਥ ਨਾਲ ਫੜ ਕੇ ਨਹਾਉਣ ਵਾਲਾ ਇਹ ਦੂਸਰਾ ਇਹ ਉਤਰਾ ਨਹਾਉਣ ਵਾਲਾ ਹਾਂ ਛੱਡ ਕੇ ਹਾਂ ਯੈਸ ਨਾਈਸ ਗੁੱਡ ਜੌਬ ਅਸੀਂ ਤਾਂ 5000 ਦਾ ਲਾਇਆ ਸੀਗਾ ਹਿਸਾਬ ਜਿਹਾ ਤੇ ਡੈਡੀਆਂ ਦੇ 5000 ਮੰਮੀ ਜਾਂਦੀ ਪੱਟੀ ਚੰਤੋ ਦਾ ਬਾਪੂ ਕੀ ਕਰੇ ਕਿੱਥੇ ਜਾਂਦੀ ਖੱਟੀ ਚੰਤੋ ਦਾ ਬਾਪੂ ਖੱਟੀ ਦੀ ਗੱਲ ਸੁਣ ਲਾ ਡੈਡੀ ਹੁਣੀ 5000 ਹੀ ਕੈਸ਼ ਲੈ ਕੇ ਗਏ ਅੱਛਾ ਅਸੀਂ ਤਾਂ ਕਿ 5000 ਚ ਆ ਜਾਊਗਾ ਸਮਾਨ ਫਿਰ ਉਹਨੇ ਥੋੜੇ ਐਡੀਆਂ ਐਡੀਆਂ ਬੋਤਲਾਂ ਸੀਗੀਆਂ ਜਲ ਜੀਰੇ ਜਿਹੜੀਆਂ ਉਹ ਪਿਆ ਪਿਆ ਤੀਆਂ ਜੀਰਾ ਪਿਆ ਦੇ ਤਾਂ ਬਾਹਰ ਠੰਡੇ ਹੋ ਜਾਣਾ ਇੱਕ ਚੀਜ਼ ਦਿਖਾਈ ਹੈ ਨਜ਼ਰ ਨਹੀਂ ਲਾਉਣੀ ਕਿਸੇ ਨੇ ਠੀਕ ਆ ਅੱਖਾਂ ਬੰਦ ਕਰ ਲੋ ਇੱਧਰ ਕਰਾਂ ਸਾਡਾ ਬੂਟਾ ਵੇਖੋ ਨਿੱਕਾ ਜਿਹਾ ਤੇ ਟਮਾਟਰ ਵੇਖੋ ਕਿੰਨੇ ਲੱਗੇ ਚਾਰ ਬੂਟੇ ਲਾਏ ਸੀ ਚਾਰਾਂ ਚੋਂ ਇੱਕ ਹੀ ਤੁਰਿਆ ਤੇ ਇਹਨੂੰ ਕੋਈ ਪਾਇਆ ਹੀ ਨਾ ਕੁਛ ਨਹੀਂ ਪਾਇਆ ਇਹਨੂੰ ਆ ਯਾਰ ਵਧੀਆ ਨਾ ਘਰੇ ਆਰਗੈਨਿਕ ਆ ਡੈਡੀ ਜੀ ਕੀ ਸਵਾਹ ਸੂ ਪਾਈ ਹੋਈ ਆ ਕੈਨੇਡੀਅਨ ਇਹ ਨਾਨੂ ਜੀ ਲੈ ਕੇ ਆਏ ਉਹ ਪਰਲਾ ਲਸਣ ਆਸਟ੍ਰੇਲੀਆ ਆ ਇਧਰਲਾ ਲਸਣ ਅੱਛਾ ਸਾਰੀ ਸਬਜ਼ੀਆਂ ਹੀ ਆਰਗੈਨਿਕ ਭਿੰਡੀਆਂ ਤੋਂ ਮੈਨੂੰ ਸਖਤ ਨਾ ਇਹੀ ਮੈਂ ਨਾ ਕਿਸੇ ਦਿਨ ਪਤਾ ਕੀ ਕਰਨਾ ਮੈਂ ਕਿਸੇ ਦਿਨ ਰਾਤ ਨੂੰ ਆਪ ਹੀ ਪੱਟ ਦੇਣੀ ਆ ਕਹਿਣਾ ਰਾਤ ਨੂੰ ਮੱਝ ਖੁੱਲ ਗਈ ਏਦਾਂ ਹੀ ਕਰਨਾ ਇਹ ਨਹੀਂ ਤੇ ਯਾਰ ਭਿੰਡੀਆਂ ਧਰੀ ਰੱਖਦੇ ਆ ਬਾਅਦ ਫਿਰ ਮੈਨੂੰ ਚਟਨੀ ਨਾਲ ਰੋਟੀ ਖਾਣੀ ਪੈਂਦੀ ਆ ਮੈਂ ਕਿਹੜਾ ਵਿਆਹ ਕਿ ਜਿਹਨੇ ਮੈਂ ਘਰ ਵਾਲੀ ਇੱਕ ਹੋਰ ਸਬਜ਼ੀ ਬਣਾ ਦੂਗੀ ਫਿਰ ਮੈਨੂੰ ਖਾਣਾ ਪੈਂਦਾ ਆ ਹੁਣ ਮਿਕਸ ਵੈਜ ਮਿਕਸ ਵੈਜ ਖਾਇਆ ਕਰਨੀ ਆਪਾਂ ਮਟਰ ਪਨੀਰ ਮਟਰ ਪਨੀਰ ਬੇਬੇ ਤੂੰ ਟੈਨਸ਼ਨ ਨਾ ਲੈ ਜਿੱਦਣ ਮੇਰਾ ਵਿਆਹ ਹੋ ਗਿਆ ਨਾ ਮੈਂ ਵਾਅਦਾ ਕਰਦਾ ਦੋ ਛੱਡ ਤਿੰਨ ਸਬਜ਼ੀਆਂ ਬਣਿਆ ਕਰਨਗੀਆਂ ਮੈਂ ਆਪ ਆ ਨਹੀਂ ਆ ਬਣਿਆ ਕਰ ਇੱਕ ਸੁੱਕੀ ਸਬਜ਼ੀ ਇੱਕ ਧੋਵੀ ਮੂੰਗੀ ਦੀ ਦਾਲ ਹਾਂ ਦੋ ਦਾਲਾਂ ਬਣਿਆ ਦੋ ਦਾਲਾਂ ਦਾਲ ਤਾਂ ਇੱਕ ਹੀ ਹੁੰਦੀ ਆ ਸਬਜ਼ੀਆਂ ਦੋ ਬਣਿਆ ਕਰਨਗੀਆਂ ਲੱਗ ਤਿੰਨ ਸਬਜ਼ੀਆਂ ਬਣਿਆ ਕਰਨਗੀਆਂ ਉਵੇਂ ਮੈਂ ਤੇਰੇ ਨਾਲ ਵਾਅਦਾ ਕਰਦਾ ਬੇਬੇ ਇਹ ਲਾਰੇ ਨਾ ਸਮਝੀਏ ਮੇਰਾ ਵਾਅਦਾ ਹੈ ਲਾਰੇ ਨਿਕਾਦੇ ਆ ਜਿਵੇਂ ਸਰਕਾਰ ਕਰਦੀ ਆ ਨਾ ਵਾਅਦੇ ਆਪਣੇ ਨਾਲ ਉਵੇਂ ਮੈਂ ਤੇਰੇ ਨਾਲ ਵਾਅਦਾ ਕਰਦਾ ਬਸ ਫਿਰ ਤੁਸੀਂ ਸਮਝੋ ਨਾ ਛੋਲੀਆਂ ਲੈ ਕੇ ਆਂਦਾ ਲਿਆ ਛੋਲੀਆਂ ਤਾਂ ਤੇਰੇ ਘਰੇ ਬੀਜੀਆਂ ਪਿਓ ਨੇ ਛੋਲੀਆਂ ਮੇਥੇ ਆ ਭੁਰਜੀ ਬਣਾਵਾਂਗੇ ਤੈਨੂੰ ਇਹ ਖਵਾਵਾਂਗੇ ਭੁਰਜੀ ਆਪਾਂ ਖਾਣੀ ਨਹੀਂ ਤੇ ਹੋਰ ਕੀ ਖਾਣਾ ਤੂੰ ਢਾਬੇ ਤੋਂ ਲਿਆਵਾਂਗੇ ਮਟਰ ਪਨੀਰ ਖਾਵਾਂਗੇ ਸੇਵ ਭਾਜੀ ਖਾਵਾਂਗੇ ਲਿਆ ਤੂੰ ਆ ਮਟਰ ਅਸੀਂ ਇਹ ਖਾ ਲਾਂਗੇ ਤੂੰ ਮਟਰ ਪਨੀਰ ਪਾ ਲਈ ਤੂੰ ਉਹ ਖਾ ਲਈ ਪਰ ਇਹ ਰੋ ਵੀ ਮਾਰ ਦੇ ਮੇਰੇ ਪਾਸੇ ਹੋ ਜਾ ਤਾਂਗੇ ਵਾਲਿਆ ਹਵੇ ਤੂੰ ਚੜਦਾ ਉੱਪਰ ਨੂੰ ਆਵੇਂ ਮੈਂ ਨਹੀਂ ਹੋਣਾ ਪਾਸੇ ਇਹ ਯਾਰ ਆ ਸਮਝ ਆ ਕੇ ਚਲੋ ਸਾਡਾ ਚੱਲਦਾ ਰਹਿੰਦਾ ਮਾਲਕ ਸਾਰਿਆਂ ਦੇ ਪਰਿਵਾਰ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਸੋਹਣਾ ਮੇਥੇ ਕੁੱਤੇ ਰੱਖੇ ਖਰਾਬ ਕਰ ਗੰਡੇ ਮੇਥੇ ਮੇਰੇ ਸਾਰਿਆਂ ਨਾਲ ਫੇਵਰੇਟ ਹੈਗੇ ਆਲੂ ਖੁਸ਼ ਹੋ ਕੇ ਖਾਈਦੇ ਆਲੂ ਨਾਲ ਜੋ ਮਰਜ਼ੀ ਹੋਵੇ ਮਟਰ ਹੋਵੇ ਧਨੀਆ ਹੋਵੇ ਭੂਤ ਨਾ ਕਹੀ ਜਾਂਦਾ ਭੂਤ ਨਾ ਹੋਵੇ ਟੱਟ ਵੀ ਆ ਚਟਨੀ ਹੁੰਦੀ ਹੁਣ ਰਗੜਿਆ ਕਰਾਂਗੇ ਬਹੁਤ ਭੂਤ ਨਾ ਹੋ ਗਿਆ ਬਹੁਤ ਸੋਹਣਾ ਬਣ ਗਿਆ ਯਾਰ ਚਟਨੀ ਜਿਹੜੀ ਅਸੀਂ ਘਰੇ ਬਣਾਉਣੇ ਹੁੰਦੇ ਨਾ ਜ਼ਰੂਰ ਬਣਾਇਆ ਕਰੋ ਇੰਨੀ ਸਵਾਦ ਬਣਦੀ ਯਾਰ ਇੰਨੀ ਜ਼ਿਆਦਾ ਸਵਾਦ ਬਣਦੀ ਆ ਨਾ ਸਿਰਾ ਹੀ ਲੱਗ ਰੈਸਪੀਆਂ ਪਿਛਲੇ ਵਲੌਗਾਂ 'ਚ ਦੱਸੀ ਹੋਈਆਂ ਜਾ ਕੇ ਵੇਖ ਲਿਓ
ਨਾਲੇ ਤੁਸੀਂ ਹੱਸੋਗੇ ਨਾਲੇ ਚਟਨੀ ਬਣਾਓਗੇ ਹੋਰ ਹਣ ਉਹਦੇ ਗੱਗੂਆਂ ਦਾ ਚਟਨੀ ਬਣਾ ਲੈਂਦੇ ਵਾਧੂ ਸਾਰੇ ਕਮੈਂਟ ਕਰ ਦਿਆ ਕਰੋ ਜੇ ਕੋਈ ਚੀਜ਼ ਗਲਤ ਲੱਗਦੀ ਮਾੜੀ ਲੱਗਦੀ ਉਹ ਸਾਨੂੰ ਦੱਸ ਵੀ ਦਿਆ ਕਰੋ ਕਿ ਵੀਰੇ ਆਹ ਜਿਹੜੀ ਚੀਜ਼ ਨਹੀਂ ਚੰਗੀ ਲੱਗੀ ਤਾਂ ਜੋ ਅਸੀਂ ਅੱਗੇ ਤੋਂ ਉਹ ਚੀਜ਼ ਤੇ ਸੁਧਾਰ ਕਰ ਸਕੀਏ ਹਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਆਪਦੇ ਰਿਸ਼ਤੇਦਾਰਾਂ ਸਾਰਿਆਂ ਤੱਕ ਪਹੁੰਚਾ ਦਿਆ ਕਰੋ ਉੱਥੋਂ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਦਬਾ ਲਿਆ ਕਰੋ ਹਰਮਨ ਸਿੰਘ ਖੋਸ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਥੈਂਕ ਯੂ ਲਵ ਯੂ ਕਰਦੇ ਬੇਬੇ ਲਵ ਯੂ ਟੂ ਓ ਯੈਸ